ਪਟਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ। ਇਹੋ ਜਿਹੇ ਬਰਸਾਤਾਂ ਦੇ ਮੌਸਮ ਕਾਰਨ ਗਲੀ ਬਾਜ਼ਾਰਾਂ ਵਿੱਚ ਗੰਦਾ ਪਾਣੀ ਖੜਾ ਰਹਿਣ ਕਾਰਨ ਜਿੱਥੇ ਲੋਕਾਂ ਅਤੇ ਸਕੂਲ ਦੇ ਬੱਚਿਆਂ ਨੂੰ ਲੰਘਣਾ ਔਖਾ ਹੈ, ਉੱਥੇ ਤੱਕ ਦੇ ਗੰਦੇ ਪਾਣੀ ਖੜਾ ਹੋਣ ਕਾਰਨ ਕਈ ਬਿਮਾਰੀ ਨੂੰ ਸੱਦਾ ਮਿਲ ਰਿਹਾ ਹੈ ਅਤੇ ਮੱਛਰ ਪੈਦਾ ਹੋਣ ਕਾਰਨ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਸਰਕਾਰੀ ਸਕੂਲ ਦੇ ਦਰਵਾਜ਼ੇ ਅੱਗੇ ਖੜੇ ਪਾਣੀ ਕਾਰਨ ਬੱਚਿਆਂ ਨੂੰ ਬਿਮਾਰੀਆਂ ਅਤੇ ਖਾਰਸ਼ ਵਰਗੇ ਭੈੜੇ ਰੋਗ ਲੱਗ ਰਹੇ ਹਨ ਅਤੇ ਪਿੰਡ ਨੰਗਲ ਦਿਆਲ ਸਿੰਘ ਦੇ ਸਕੂਲ ਦੀ ਗਰਾਊਂਡ ਵਿੱਚ ਖੜਾ ਪਾਣੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿ ਪਿੰਡ ਵਾਸੀ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ ਪਿੰਡ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੁਪਨੇ ਸਵੱਛ ਭਾਰਤ ਮੁਹਿੰਮ ਦੇ ਸੁਪਨੇ ਨੂੰ ਚਿੜਿਆ ਕਰਦਾ ਇਹ ਗੰਦਗੀ ਕਿਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਕਿ ਪ੍ਰਸ਼ਾਸਨ ਜਾਂ ਪਿੰਡ ਵਾਸੀ ਇਸ ਦੇ ਜ਼ਿੰਮੇਵਾਰ ਹਨ। ਕੀ ਹੈ ਸੱਚਾਈ? 5 ਸਾਲ ਪੰਚਾਇਤ ਰਾਜ ਬੀਤਣ ਤੋਂ ਬਾਅਦ ਵੀ ਪਿੰਡ ਦਾ ਵਿਕਾਸ ਅਧੂਰਾ ਕਿਉਂ? ਪਿੰਡ ਵਾਸੀਆਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਕਿਹਾ ਕਿ ਪੰਜਾਬ ਸਰਕਾਰ ਜਾਂ ਮੌਜੂਦਾ ਕੈਬਨਿਟ ਮੰਤਰੀ ਹਰਭਜਨ ਸਿੰਘ ETO ਕੋਲ ਪਿੰਡ ਵਾਸੀ ਮੰਗ ਕਰਦੇ ਕਿ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਸ ਮੁਸ਼ਕਿਲ ਭਰੀ ਸਾਡੀ ਜ਼ਿੰਦਗੀ ਅਤੇ ਛੋਟੇ ਛੋਟੇ ਸਕੂਲ ਆਉਣ ਵਾਲੇ ਬੱਚਿਆਂ ਦੇ ਧਿਆਨ ਹਿੱਤ ਪਿੰਡ ਵਿੱਚ ਵਿਕਾਸ ਕਾਰਜ ਦਾ ਕੰਮ ਕਰਵਾਇਆ ਜਾਵੇ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ, ਕੀ ਨਾਮ ਹੈ ਬਾਬਾ ਜੀ? ਸਰਦਾਰ ਕਲੌਣ ਸਿੰਘ ਜੀ। ਕਿਹੜਾ ਪਿੰਡ ਆ? ਪਿੰਡ ਨੰਗਲ ਦਿਆਲ ਸਿੰਘ ਜੀ। ਜ਼ਿਲ੍ਹਾ ਕਿਹੜਾ ਜੀ? ਅੰਮ੍ਰਿਤਸਰ ਜੀ। ਕੀ ਗੱਲ ਬਾਤ ਹੋਈ ਆ, ਜਿਹੜਾ ਪਾਣੀ ਦੇ ਇੱਥੇ ਖਲੋਤੇ ਹੋ, ਛੱਪੜ ਆ ਜਾਂ ਗਰਾਊਂਡ ਆ? ਇਹ ਗਰਾਊਂਡ ਆ ਜੀ, ਇਸ ਬੰਨੇ। ਅੱਛਾ ਜੀ। ਇਸ ਬੰਨੇ ਸਕੂਲ ਆ ਜੀ। ਅੱਛਾ ਜੀ। ਇਹ ਛੱਪੜ ਆ ਜੀ ਇਸ ਬੰਨੇ, ਔਰ ਇਹ ਜਿਹੜੇ ਛੱਪੜ ਦਾ ਪਾਣੀ ਹੈ ਗਰਾਊਂਡ ਦੇ ਵਿੱਚ ਜਿਹੜਾ ਜਾ ਰਿਹਾ ਬੱਚਿਆਂ ਨੂੰ ਲੰਘਣ ਦੀ, ਔਰ ਸਕੂਲ ਦੇ ਵਿੱਚ ਪੜ੍ਹਨ ਦੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਲੰਘਣ ਵਾਸਤੇ ਬਹੁਤ ਤੰਗੀ ਹੈ, ਔਰ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਵੀ ਲੰਘਣ ਦੀ ਬਹੁਤ ਤੰਗੀ ਹੈ ਕਿ ਜਿਹੜਾ ਛੱਪੜ ਤੇ ਜਿਹੜੀ ਗਰਾਊਂਡ ਹੈ ਇੱਕ ਲੈਵਲ ਹੋ ਚੁੱਕਾ ਹੈ ਪਾਣੀ ਦਾ। ਜਿਹੜਾ ਕੋਈ ਪਿੰਡ ਦਾ ਨੁਮਾਇੰਦਾ ਚੁਣਿਆ, ਸਰਪੰਚ ਚੁਣਿਆ ਗਿਆ ਜਾਂ ਮੈਂਬਰ ਚੁਣਿਆ ਗਿਆ, ਉਹਨਾਂ ਲੋਕ ਕੀ ਇਹਦੀ ਕੋਈ ਕੀਤੀ ਨਹੀਂ ਗਈ? ਇਹਦੀ ਦੇਖੋ ਜੀ, ਸਰਪੰਚ ਸਾਹਿਬ ਤੇ ਕੁਝ ਸਮੇਂ ਤੋਂ ਪਹਿਲਾਂ ਜਿਹੜੇ ਉਹ, ਅੱਛਾ ਜੀ, ਸਰਪੰਚ ਸਾਹਿਬ ਕੁਝ ਸਮਾਂ ਪਹਿਲਾਂ ਜਿਹੜੇ ਉਹ ਆਪਣੇ ਦਿੱਲੀ ਜਿਹੜੀ ਨੌਕਰੀ ਕਰਦੇ ਹੋਏ ਸੀ ਤੇ ਉੱਥੇ ਚਲੇ ਗਏ ਨੇ, ਉਹਨਾਂ ਨੇ ਕੋਈ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਹੋਇਆ ਤੇ ਉਹਨਾਂ ਨੇ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਹੜੀ ਨਗਰ ਦੇ ਵਿੱਚ। ਕਾਹਦੀ ਨੌਕਰੀ ਕਰਦੇ ਸੀ? ਕੋਈ ਪ੍ਰਾਈਵੇਟ ਕਰਦੇ ਆ ਜੀ, ਪਹਿਲਾਂ ਫੌਜ 'ਚ ਸੀ ਤੇ ਫੌਜ ਤੋਂ ਰਿਟਾਇਰਮੈਂਟ ਹੋ ਕੇ ਸਰਪੰਚੀ ਜਿਹੜੀ ਆ ਉਹਨਾਂ ਜਿੱਤ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਕੋਈ ਵਿਕਾਸ ਜਿਹੜਾ ਨਹੀਂ ਕੀਤਾ ਗਿਆ। ਕੋਈ ਉਹਨਾਂ ਕੋਲੋਂ ਲਿਸਟ ਜਾਂ ਕੋਈ ਪਿੰਡ ਦੇ ਵਿੱਚ ਕਦੀ ਨਹੀਂ ਆਇਆ ਗਿਆ? ਆਉਂਦੇ ਆ ਜੀ, ਪਰ ਉਹ ਪਿੰਡ ਦੇ ਵਿਕਾਸ ਵਾਸਤੇ ਨਹੀਂ ਗੱਲ ਕਰਦੀ। ਕਾਰਨ? ਕਾਰਨ ਹੈ ਜੀ, ਇਹ ਤੇ ਮੁਸ਼ਕਲ ਹੈ ਜੀ, ਇਹ ਤੇ ਉਹਨਾਂ ਦੇ ਕਹਿ ਨਹੀਂ ਸਕਦੇ ਕੁਛ। ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਕੋਲੋਂ? ਅਸੀਂ ਮੰਗ ਕਰਦੇ ਹਾਂ ਜੀ, ਸਾਡੇ ਇੱਕ ਛੱਪੜ ਦਾ ਨਿਕਾਸ ਕੀਤਾ ਜਾਵੇ, ਪਾਣੀ ਦਾ ਇੱਕ ਗਰਾਊਂਡ ਜਿਹੜੀ ਬੱਚਿਆਂ ਨੂੰ ਖੇਡਣ ਵਾਸਤੇ ਬਣਾਈ ਜਾਵੇ, ਇੱਕ ਰਸਤਾ ਜਿਹੜਾ ਹੈ ਇਹਨੂੰ ਸਾਫ਼ ਸੁਥਰਾ ਬਣਾਇਆ ਜਾਵੇ ਕਿ ਜਿਹੜਾ ਪਿੰਡ ਦੇ ਲੋਕਾਂ ਨੂੰ ਲੰਘਣ ਵਾਸਤੇ ਜਿਹੜੀ ਆ ਪਰੇਸ਼ਾਨੀ ਨਾ ਆਵੇ। ਹਾਂਜੀ, ਅਸੀਂ ਹੁਣ ਜਿਹੜੀ ਹੈ ਇਹ ਜਿਹੜੇ ਸਾਡੇ ਨੌਜਵਾਨ ਨੇ ਇਹ ਕਹਿੰਦੇ ਨੇ ਕਿ ਅਸੀਂ ਇਹ ਗਰਾਊਂਡ ਦੇ ਵਿੱਚ ਜਿਹੜਾ ਵਾ ਰੋਟਾਵੇਟਰ ਫਰਾ ਕੇ ਤੇ ਅਸੀਂ ਝੋਨਾ ਲਾ ਸਕੀਏ ਕਿ ਜਿਹੜੇ ਇਹਦੇ ਵਿੱਚੋਂ ਝੋਨਾ ਲਾਇਆ ਜਾਵੇ ਤੇ ਝੋਨਾ ਲਾ ਕੇ ਇਹਨੂੰ ਵਧੀਆ ਬਣਾ ਕੇ ਜਿਹੜਾ ਝੋਨਾ ਇਹਨਾਂ ਨੂੰ ਜੋ MLA ਜੋ ਸਾਡੇ ਲੀਡਰ ਆਉਣਗੇ ਉਹਨਾਂ ਨੂੰ ਇਹਦੇ ਵਿੱਚੋਂ ਕਮਾਈ ਕਰਕੇ ਉਹ ਹੀ ਖਵਾਈ ਜਾਵੇ। ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਬਾਬਾ ਜੀ, ਇਹ ਜੋ ਵੀ ਮਤਲਬ ਕਿਹਾ ਇਹਨਾਂ ਨੇ ਬਾਬਾ ਜੀ ਹੋਣਾ ਨੇ, ਮਤਲਬ ਇਹ ਆਹ ਹੋਣਾ ਚਾਹੀਦਾ ਵਾ, ਇਹ ਅੱਜ ਤੋਂ 10 ਮਹੀਨੇ ਪਹਿਲਾਂ ਹੋ ਜਾਣਾ ਸੀ ਇਹ ਕੰਮ। ਅੱਛਾ ਜੀ। ਪਰ ਸਰਪੰਚ ਨੂੰ ਮਤਲਬ ਖੜਨ ਨਹੀਂ ਦਿੰਦੇ, ਤੇ ਉਹ ਜੇ ਕੰਮ ਕਰਨ ਚਾਲੂ ਲੱਗਦਾ ਤੇ ਉੱਥੋਂ ਜਾ ਕੇ ਬੰਦ ਕਰਾ ਦਿੰਦੇ ਆ। ਦੱਸੋ ਇਹ 'ਚ ਕੀ ਹੁਣ ਸਰਪੰਚ ਦੀ ਗਲਤੀ ਥੋੜਾ ਵਾ? ਅਗਰ ਸਰਪੰਚ ਕੋਲ ਮੰਨੇ ਜਾਣਾ, ਹਾਂ ਇਹ ਹੁਣ ਜੋ ਮਰਜ਼ੀ ਕਹੀ ਜਾਣ ਸਰਪੰਚ ਦੇ, ਕਿਉਂਕਿ ਉਹ ਇੱਥੇ ਨਹੀਂ ਹੈਗਾ, ਸਾਹਮਣੇ ਹੋਵੇ ਤੇ ਫਿਰ ਗੱਲ ਕਰਨ, ਗੱਲ ਤੇ ਸਾਰੇ ਕਰਦੇ ਆ, ਉਹਦੇ ਸਾਹਮਣੇ ਗੱਲ ਕਰੇ ਨਾ, ਬਸ ਹੋਵੇ ਪਿੰਡ ਦਾ ਵਧੀਆ ਵਾ। ਅਸੀਂ ਬੜੇ ਚਿਰ ਦਾ ਕਹਿਣ ਦੇ ਇੱਧਰ ਨੂੰ ਆਹ ਜਿਹੜਾ ਨਾਲਾ ਕੱਢੋ,
ਉਹਨਾਂ ਲਿਆਂਦੇ ਵੀ ਸੀ ਇੱਥੇ ਪੂਰੇ ਪਰ ਪੈਣ ਨਹੀਂ ਦਿੱਤੇ। ਹੁਣ ਗਲਤੀ ਦੱਸੋ ਕਿਹਦੀ ਹੈ? ਕਿੰਨਾ ਨਹੀਂ ਪੈਣ ਦਿੱਤੇ ਇਹ ਦੱਸੋ, ਇਹ ਵੀ ਦੱਸੋ ਨਾ ਕਿੰਨਾ ਪਿੰਡ ਵਾਲੇ ਹੈਗੇ, ਹੋਰ ਕਿੰਨਾ ਨੇ, ਕਿੰਨੇ ਪਿੰਡ ਦਾ ਕਿਤੇ ਵੀ ਵਿਕਾਸ ਹੋਦਾ ਹੋਇਆ ਦੱਸੋ, ਕਿਹਦਾ? ਉਹਦਾ ਸਰਪੰਚ ਸਾਹਿਬ ਕਾਸ ਕੀਤਾ ਆ, ਉਹ ਕਿਤੇ ਵੀ ਹੋਇਆ ਪਿੰਡ ਚ ਦੱਸੋ। ਮੇਰੇ ਨਾਲ ਗੱਲ ਕਰਦਾ ਸਰਪੰਚ ਨਾਲ ਗੱਲ ਕਰੀ ਨਾ, ਜੋ ਆਊਗਾ ਆਉਣ ਵਾਲਾ ਹੀ। ਚਲੋ ਲਾਈਵ ਚੱਲਣ ਦਿਆ, ਇਹਦਾ ਕਹਿੰਦੇ ਵੀ ਲਾਈਵ ਨਹੀਂ ਚੱਲਦਾ, ਲਾਈਵ ਚੱਲਦਾ ਪਿਆ ਸਰਪੰਚ ਦਾ, ਜੇ ਕਿਤੇ ਵਿਕਾਸ ਹੋਇਆ ਮੀਡੀਆ ਵਾਲੇ। ਨਹੀਂ ਨਹੀਂ ਨਹੀਂ, ਕਿਤੇ ਵੀ ਹੋਇਆ ਵਿਕਾਸ, ਕਿੱਥੇ ਹੋਇਆ ਵਾ ਉਹ ਵਿਖਾਓ ਨਾ, ਵਿਖਾਓ ਫਿਰ ਆਓ ਜਾ ਕੇ ਨਾ ਕਿਤੇ ਵੀ ਕੋਈ ਗੱਲ। 81 ਕੋਟੇ ਚ ਕਿਤੇ ਉਹ 81 ਕੋਟੇ ਵਾਲੇ ਕਿਹੇ ਨਾਲ ਲੜਨ ਗਿਆ ਸਰਪੰਚ ਸਾਰਿਆਂ ਨੂੰ ਕਹਿੰਦਾ ਸੀ 12 ਲੱਖ ਰੁਪਇਆ ਆਇਆ, ਤੁਸੀਂ ਲੋਨ ਨਹੀਂ ਦਿੱਤਾ, ਦੱਸੋ ਹੁਣ ਫਿਰ ਉਹ ਚ ਕਿਹਦੀ ਗਲਤੀ ਆ? ਨਾ ਨਾ ਨਾ, ਗਲਤੀ ਸਰਪੰਚ ਦੀ ਨਹੀਂ ਆ, ਇਹਨਾਂ ਦੀ ਗਲਤੀ ਆ। ਨੌਕਰੀ ਕਰੂੰਗਾ ਨਹੀਂ, ਉਹ ਇੱਥੇ ਕਰਦੇ ਸੀ ਨੌਕਰੀ ਉਹਦੇ, ਆ ਇੱਥੇ ਆਪਣੇ ਕੀ ਆ ਜਿਹੜਾ ਹੋਠੀਆਂ ਇੱਥੇ ਕਰਦੇ ਨੌਕਰੀ। ਇੱਥੋਂ ਹੁਣ ਕਿੰਨੇ ਚਿਰ ਇਹ ਉਹਨਾਂ ਨੂੰ? ਆ ਨਹੀਂ, ਸਾਲ ਡੇਢ ਸਾਲ ਹੋ ਗਿਆ, ਚਲ ਦੋ ਮੰਨ ਲਓ, ਪਰ ਸਾਰਾ ਕੰਮ ਚੱਲਣਾ ਚੱਕਰ ਕੋਈ, ਮਤਲਬ ਸਾਰੇ ਚਾਹੁੰਦੇ ਸੀ ਵੀ ਉਹ ਉੱਥੇ ਉਹਨੂੰ ਤਾਂ ਲਿਖ ਕੇ ਦੇ ਕੇ ਗਿਆ ਵਾ, 5 ਸਾਲ ਸਰਪੰਚੀ ਹੁੰਦੀ ਆ, ਉਸ ਚੀਜ਼ ਦਾ ਕੋਈ ਵਿਕਾਸ ਹੋਇਆ ਵਿਖਾ ਦਿਓ 5 ਸਾਲਾਂ ਦੇ ਵਿੱਚ। ਉਹ ਯਾਰ ਉਹ ਜਦੋਂ ਆਊਗਾ ਤੇ ਸਾਹਮਣੇ ਗੱਲ ਕਰਿਓ ਨਾ, ਮਗਰ ਉਹ ਗੱਲ ਕਰ ਲੈਂਦੇ ਆ, ਜਿਹਨਾਂ ਨੇ ਰੋਕਿਆ।